ਜੀ ਦਾ ਖਾਲਸਾ ਵੈਗੂ ਜੀ ਦੀ ਖਤੇ ਮਾ ਤੁਹਾਡਾ ਆਪਣਾ ਵੀਰ ਗਗਨ ਮਸਾਫਰ ਵਰਲਡ ਤੋਂ ਨਵੇਂ ਸਾਲ ਦਾ آغاز ਹੋ ਚੁੱਕਿਆ ਤੇ CV 13 ਤੋਂ 14 ਜਿਹੜੀਆਂ ਪੀਪੀਆਰ ਰੀਸੀਵ ਕਰ ਲੀਆਂ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਟੂਰਿਸਟ ਵੀਜ਼ਾ ਦਿਆਂ ਕੁਝ ਵਿਸਟਰ ਕੁਝ ਸਟੱਡੀ ਵੀਜ਼ਾ ਦੀਆਂ ਤੇ ਕੁਝ ਸਪਸ ਓਪਨ ਵਰਕ ਪਰਮਿਟ ਦੀਆਂ ਨੇ ਸੋ ਇਹ ਮੈਨੂੰ ਦੱਸਦਿਆਂ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਵੀ ਬਹੁਤ ਜ਼ਿਆਦਾ ਵਧੀਆ ਮਤਲਬ ਪੋਜ਼ਿਟਿਵ ਰਿਜ਼ਲਟ ਆ ਰਿਹਾ ਮਤਲਬ ਸਾਨੂੰ ਇਹ ਸੀ ਵੀ ਬਲਕ ਦੇ ਵਿੱਚ ਫਾਈਲਾਂ ਲੱਗੀਆਂ ਨੇ ਵੀ ਕਿਤੇ ਨਾ ਕਿਤੇ 네ਗੇਟਿਵ ਰਿਜ਼ਲਟ ਆਉਣ ਦੇ ਚਾਂਸ ਸੀ ਪਰ ਐਦਾਂ ਨਹੀਂ ਹੋਇਆ ਜਿਹੜਾ ਰਿਜ਼ਲਟ ਬਹੁਤ ਹੀ ਵਧੀਆ ਆ ਰਿਹਾ ਸਟੂਡੈਂਟਾਂ ਦੇ ਮਨ ਦੇ ਵਿੱਚ ਡਾਊਟ ਸੀਗਾ ਵੀ ਹੁਣ ਕੈਨੇਡਾ ਨੇ ਜੀਆਈਸੀ ਜਿਹੜੀ ਅਪਡੇਟ ਕਰ ਦਿੱਤੀ ਏ ਹੁਣ ਕੀ ਬਣੂਗਾ ਸੋ ਘਬਰਾਉਣ ਦੀ ਲੋੜ ਨਹੀਂ ਜੀਆਈਸੀ ਅਪਡੇਟ ਕਰਨ ਦੇ ਕਾਰਨ ਇਹ ਸੀ ਵੀ ਉੱਥੇ ਜਾ ਕੇ ਸਟੂਡੈਂਟ ਨੂੰ ਜਿਹੜੀਆਂ ਨੀਡਸ ਦੇ ਵਿੱਚ ਉੱਥੇ ਦਿੱਕਤ ਆਉਂਦੀਆਂ ਸੀਗੀਆਂ ਸੋ ਉਹਨਾਂ ਨੇ ਤੁਹਾਨੂੰ ਜਾਂਦਿਆ ਹੀ ਕੈਨੇਡਾ ਤਿੰਨ ਤੋਂ 4 ਲੱਖ ਰੁਪਏ ਜਿਹੜਾ ਤੁਹਾਨੂੰ ਰਿਲੀਜ਼ ਕਰ ਦੇਣਾ ਪਹਿਲੇ ਹੀ ਉਹਨਾਂ ਨੇ ਜਿਹੜੀ ਤੁਹਾਨੂੰ ਈਮੇਈ ਉਹਨਾਂ ਨੇ ਤੁਹਾਨੂੰ ਤੋਂ ਨੂੰ ਵਾਪਸ ਕਰ ਦੇਣੀ ਤੇ ਉਹ ਬਾਕੀ ਜਿਹੜੀਆਂ ਉਹਨਾਂ ਨੇ 11 ਕਿਸ਼ਤਾਂ ਦੇ ਵਿੱਚ ਤੁਹਾਨੂੰ ਬਾਕੀ ਪੈਸੇ ਜਿਹੜੇ ਤੁਹਾਨੂੰ 11 ਕਿਸ਼ਤਾਂ ਦੇ ਵਿੱਚ ਉਹਨਾਂ ਨੇ ਵਾਪਸ ਦੇ ਦਨੇ ਆ ਡਰਨ ਦੀ ਲੋੜ ਨਹੀਂ ਸਿਰਫ ਇਹ ਜੀਆਈਸੀ ਤੁਹਾਡੇ ਹੀ ਫਾਇਦੇ ਦੇ ਲਈ ਏ ਤੁਹਾਡੇ ਫਾਇਦੇ ਦੇ ਲਈ ਹੀ ਉਹਨਾਂ ਨੇ ਮਤਲਬ ਇਹ ਕੀਤੀ ਅਵਧਾਈ ਏ ਸੋ ਕਿਉਂਕਿ ਸਟੂਡੈਂਟਸ ਨੂੰ ਉੱਥੇ ਡੇਲੀ ਨੀਡਸ ਦੇ ਵਿੱਚ ਕਾਫੀ ਔਖਾਂ ਦਾ ਸਾਹਮਣਾ ਕਰਨਾ ਪੈ ਰਿਆ ਸੀ ਕਈਆਂ ਨੂੰ ਜੋਬਸ ਨਹੀਂ ਸੀ ਮਿਲਦੀਆਂ ਜਾਂ ਰਹਿਣ ਦੇ ਲਈ ਦਿੱਕਤ ਆ ਰਹੀ ਸੀ ਸੋ ਉਹਨਾਂ ਦੇ ਇਹ ਗਵਰਨਮੈਂਟ ਤੱਕ ਗੱਲਾਂ ਪਹੁੰਚੀਆਂ ਤਾਂ